ਘੋੜੀਆਂ ਰੱਖਣ ਦੇ ਸ਼ੌਕੀ ਚੈਨਲ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਦਾ ਸਵਾਗਤ ਹੈ। ਦੋਸਤੋ, ਜਿਹੜਾ ਇਨਸਾਨ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਜਤਿੰਦਰਪਾਲ ਜੌਨੀ ਆ, ਮੇਰੇ ਪਿੰਡ ਜਾਣੀ ਕਿ ਮੋਹਣ ਮਾਜਰੇ ਦਾ ਘੋੜੀਆਂ ਵਾਲੇ ਵੀਰ। ਇਹਨੂੰ ਪ੍ਰੋਫੈਸਰ ਦੇ ਨਾਂ ਨਾਲ ਜਾਣਦੇ ਨੇ। ਬੜੇ ਚਿਰ ਦੀ ਤਮੰਨਾ ਸੀਗੀ ਕਿ ਜੌਨੀ ਦੀ ਵੀ ਇੰਟਰਵਿਊ ਕਰਾਂ, ਇਹਦੀਆਂ ਵੀ ਘੋੜੀਆਂ ਆਪਣੇ ਚੈਨਲ ਤੇ ਦਿਖਾਵਾਂ। ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਹੈ ਕਿ ਬਹੁਤ ਟਾਈਮ ਅਸੀਂ ਮੈਰਿਜ ਤੋਂ ਪਹਿਲਾਂ ਦੀਆਂ ਗੱਲਾਂ ਨੇ, ਅਸੀਂ ਇਕੱਠਿਆਂ ਨੇ ਇੱਕੇ ਜਗ੍ਹਾ ਖਾਣਾ ਪੀਣਾ ਸੌਣਾ, ਬੜਾ ਲੰਬਾ ਟਾਈਮ ਅਸੀਂ ਇਕੱਠੇ ਰਹੇ ਹਾਂ ਤੇ ਭੱਦਲ ਕਾਲਜ ਦੇ ਵਿੱਚ ਪੜ੍ਹਦੇ ਵੀ ਇਕੱਠੇ ਹੀ ਰਹੇ ਹਾਂ, ਮੈਂ ਤੇ ਪ੍ਰੋਫੈਸਰ। ਤੇ ਦੋਸਤੋ, ਅੱਜ ਮੌਕਾ ਮਿਲਿਆ। ਤੁਹਾਨੂੰ ਪਤਾ ਵੀ ਘਰ ਦਾ ਜੋਗੀ ਯੋਗ ਨਹੀਂ, ਬਾਹਰ ਦਾ ਜੋਗੀ ਸਿੱਧ। ਕਈ ਵਾਰ ਇਹ ਗੱਲ ਹੋ ਜਾਂਦੀ ਆ ਵੀ ਆਪਣਾ ਬੰਦਾ ਵਾਂਝਾ ਰਹਿ ਜਾਂਦਾ ਇੰਟਰਵਿਊ ਤੋਂ। ਸੋ ਦੋ ਚਾਰ ਦਿਨ ਪਹਿਲਾਂ ਪਲੈਨਿੰਗ ਹੋਈ, ਫਿਰ ਮੈਂ ਪ੍ਰੋਫੈਸਰ ਨੂੰ ਕਿਹਾ ਵੀ ਆਪਾਂ ਨੇ ਵੀਡੀਓ ਤੇਰੀ ਕਰਨੀ ਆ। ਸੋ ਅੱਜ ਤੁਹਾਨੂੰ ਪ੍ਰੋਫੈਸਰ ਨਾਲ ਮੁਲਾਕਾਤ ਵੀ ਕਰਾਵਾਂਗੇ ਤੇ ਨੌਲੇਜ ਦੀਆਂ ਗੱਲਾਂ ਵੀ ਪੁੱਛਾਂਗੇ ਦੋ ਚਾਰ, ਜਿਹਦੇ ਨਾਲ ਨਵੇਂ ਵੀਰਾਂ ਨੂੰ ਜਾਣਕਾਰੀ ਮਿਲੇ। ਤੇ ਇੱਕ ਤੁਹਾਨੂੰ ਹੋਰ ਆਪਣਾ ਭਰਾ ਦਿਖਾਉਣਾ, ਕਰਨਦੀਪ, ਉਹ ਵੀ ਤੁਹਾਨੂੰ ਦਿਖਾਉਣਾ। ਆਹ ਇਹ ਕਰਨਦੀਪ, ਅਸੀਂ ਇਕੱਠੇ ਰਹੇ ਬਹੁਤ ਟਾਈਮ, ਬਹੁਤ ਜ਼ਿਆਦਾ ਪ੍ਰੇਮ ਸੀਗਾ ਤੇ ਇਕੱਠੇ ਹੀ ਘੋੜੀਆਂ ਭਜਾਉਂਦੇ ਰਹੇ। ਅੱਜ ਕੱਲ੍ਹ ਇਹ ਜੰਗਲਾਤ ਮਹਿਕਮੇ ਦੇ ਵਿੱਚ ਜੌਬ ਮਿਲ ਗਈ ਇਹਨੂੰ, ਇਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਇਸ ਕਰਕੇ ਘੋੜੀਆਂ ਛੱਡ ਦਿੱਤੀਆਂ ਤੇ ਅੱਜ ਕੱਲ੍ਹ ਇਹ ਆਪਣਾ ਜੌਬ ਦੇ ਵਿੱਚ ਲੱਗਿਆ ਹੋਇਆ ਹੈ। ਸੋ ਮੇਰਾ ਛੋਟਾ ਭਰਾ ਹੈ, ਬਹੁਤ ਜ਼ਿਆਦਾ ਪਿਆਰ ਇਹਦਾ ਤੇ ਮੇਰਾ ਅੱਜ ਵੀ ਹੈ ਤੇ ਪਹਿਲਾਂ ਵੀ ਸੀਗਾ। ਆਓ ਹੁਣ ਕਰਦੇ ਹਾਂ ਪ੍ਰੋਫੈਸਰ ਨਾਲ ਗੱਲਬਾਤ। ਬਾਈ ਜੀ ਸਵਾਗਤ ਹੈ ਪਹਿਲਾਂ ਤਾਂ ਆਪਣੇ ਚੈਨਲ ਤੇ। ਧੰਨਵਾਦ ਜੀ, ਤੁਹਾਡੇ ਦੇਖਣ ਚ ਆਉਣ ਵਾਲੇ ਸਬਸਕ੍ਰਾਈਬਰਸ ਦਾ, ਵਿਊਅਰਸ ਦਾ, ਮੇਰੇ ਵੱਲੋਂ ਜੀ। ਠੀਕ ਹੈ ਬਾਈ ਜੀ। ਤੇ ਵੀਰ ਜੀ ਪਹਿਲਾਂ ਤਾਂ ਆਪਣਾ ਨਾਂ, ਜਿਵੇਂ ਵੀਡੀਓ ਦੇ ਮੈਂ ਸਟਾਰਟਿੰਗ ਦੇ ਵਿੱਚ ਸਾਰਾ ਕੁਝ ਦੱਸੇ ਦਿੱਤਾ, ਤਾਂ ਵੀ ਤੁਸੀਂ ਇੱਕ ਵਾਰ ਆਪਣੇ ਮੂੰਹ ਤੋਂ ਆਪਣਾ ਨਾਂ ਤੇ ਪਿੰਡ ਦਾ ਸਾਰਾ ਇੱਕ ਵਾਰ ਆਪਣਾ ਐਡਰੈਸ ਦੱਸ ਦਿਓ। ਠੀਕ ਹੈ ਜੀ, ਮੇਰਾ ਨਾਂ ਜਤਿੰਦਰਪਾਲ ਸਿੰਘ ਹੈ ਜੀ ਤੇ ਪਿੰਡ ਮੋਹਣ ਮਾਜਰ ਹੈ ਜੀ ਤੇ ਘੋੜਿਆਂ ਦੇ ਖੇਤਰ ਦੇ ਵਿੱਚ ਪਹਿਲਾਂ ਟੀਚਿੰਗ ਪ੍ਰੋਫੈਸ਼ਨ ਨਾਲ ਜੁੜੇ ਹੋਣ ਕਰਕੇ ਲੋਕੀ ਮੈਨੂੰ ਪ੍ਰੋਫੈਸਰ ਦੇ ਨਾਮ ਨਾਲ ਜਾਣਦੇ ਆ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਬਾਈ ਜੀ ਹੁਣ ਆ ਜਾਓ ਆਪਾਂ ਇਹਦੇ ਵੱਲ, ਇਹ ਘੋੜੀ ਬਾਰੇ ਇਹਦੀ ਕਿਆ ਡਿਟੇਲ ਆ, ਕਿੰਨੀ ਉਮਰ ਆ, ਇਹਦੇ ਬਾਰੇ ਦੱਸੋ ਵੀ ਜੀ। ਇਹ ਘੋੜੀ ਜੀ ਬਰਕਾਣਾ ਲਾਈਨ ਨਾਲ ਸੰਬੰਧਿਤ ਹੈ ਜੀ, ਰਾਜਸਥਾਨ ਤੋਂ ਆਈ ਹੋਈ ਹੈ ਜੀ। ਠੀਕ ਹੈ ਜੀ। ਤੇ ਕਾਫੀ ਵਧੀਆ ਹਾਈਟ ਦੇ ਬੱਚੇ ਦਿੱਤੇ ਆ ਜੀ ਇਹਨੇ। ਠੀਕ ਹੈ ਜੀ। ਤੇ ਉਮਰ ਲਗਭਗ ਇਹਦੀ 12 ਤੋਂ 15 ਸਾਲ ਦੇ ਕਰੀਬ ਹੈ ਜੀ। ਠੀਕ ਹੈ। ਤੇ ਬੱਚੇ ਕਿੰਨੇ ਦੇ ਚੁੱਕੀ ਆ ਬਾਈ ਜੀ ਹੁਣ ਤੱਕ? ਇਹਨੇ 5 ਤੋਂ 6 ਬੱਚੇ ਦਿੱਤੇ ਆ ਜੀ। ਠੀਕ ਹੈ ਜੀ। ਇੱਕ ਜਿਹੜੀ ਬੱਚੀ ਕਾਲੇ ਕਾਂਡੇ ਦੀ ਆ, ਬੜੀ ਚੰਗੀ ਆ, ਉਹਦੇ ਬਾਰੇ ਵੀ ਦੱਸੋ ਜੀ ਕਿੱਥੇ ਕੀ ਆ। ਹਾਂਜੀ, ਇਹ ਨਾ ਜਦੋਂ ਕਾਲਾ ਕਾਂਟਾ ਬਾਈ ਬਿੱਲੂ ਕਲਾਰਾਂ ਜੀ ਕੋਲੇ ਸੀਗਾ, ਲਾਸਟ ਘੋੜੀ ਇਹ ਮੇਟ ਹੋਈ ਸੀਗੀ ਬਾਈ ਬਿੱਲੂ ਜੀ ਦੇ ਘਰੇ। ਠੀਕ ਹੈ ਜੀ। ਤੇ ਉਹ ਵਿੱਕੀ ਸਾਡਾ ਦੋਸਤ ਹੈ ਜੀ ਸੰਘੋਲ ਤੋਂ ਰਾਣਾ ਜੀ, ਉਹਨਾਂ ਕੋਲੇ ਹੈ ਜੀ ਇਹਦੀ ਬੱਚੀ ਜੀ। ਕਾਫੀ ਵਧੀਆ ਹਾਈਟ ਬੋਡੀ ਦੀ ਬੱਚੀ ਬਣੀ ਹੈ ਜੀ, 63-64 ਇੰਚ ਦੇ ਕਰੀਬ ਬਛੇਰੀ ਹੈ ਜੀ ਇਸ ਘੋੜੀ ਦੀ ਜੀ ਉਹ। ਠੀਕ ਹੈ ਜੀ, ਠੀਕ ਹੈ। ਹੋਰ ਵੀ ਹੁਣ ਬਾਈ ਜੀ ਇਹ ਪ੍ਰੈਗਨੈਂਟ ਹੈ ਇਸ ਸਮੇਂ ਕਿ ਨਹੀਂ? ਨਹੀਂ, ਹੁਣ ਇਹ ਖਾਲੀ ਹੈ ਜੀ ਤੇ ਹੁਣ ਮੀਟਿੰਗ ਲਈ ਸੀਜ਼ਨ ਚੱਲ ਰਿਹਾ ਤੇ ਮਿਲਾਵਾਂਗੇ ਜਲਦੀ ਜੀ। ਤੇ ਜੋਨੀ ਵੀਰੇ ਹੁਣ ਆਪਣੇ ਕੋਲ ਕਿੰਨੇ ਆ ਟੋਟਲ ਸਾਰੇ? ਮੇਰੇ ਕੋਲ ਇਸ ਟਾਈਮ ਜੀ ਘਰੇ ਮੇਰੇ 3 ਨਾਗ ਨੇ ਜੀ, 2 ਘੋੜੀਆਂ ਜੀ ਤੇ 1 ਬਛੇਰਾ ਜੀ। ਠੀਕ ਹੈ ਜੀ। ਹਾਂਜੀ। ਤੇ ਇੱਕ ਘੋੜੀ ਦੋਸਤੋ ਤੁਸੀਂ ਦੇਖ ਚੁੱਕੇ ਹੋ, ਇਹ ਘੋੜੀ ਆ ਤੇ ਇੱਕ ਬਾਈ ਕੋਲ ਦੇਵਰਾਜ ਦਾ ਰਣੀਆਂ ਵਾਲੇ ਦਾ ਬੱਚਾ ਹੈ, ਉਧਰ ਫਾਰਮ ਦਾ ਕੰਮ ਚੱਲਦਾ ਬਾਈ ਦੇ। ਠੀਕ ਹੈ ਨਾ, ਇਹ ਬਾਈ ਦੇ ਸਾਈਡ ਤੇ ਆ ਤੇ ਇੱਕ ਪਾਰਟ ਆਪਾਂ ਫੇਰ ਕਰਾਂਗੇ। ਅੱਜ ਤੁਹਾਨੂੰ 2 ਘੋੜੀਆਂ ਦਿਖਾ ਦੇਣੀਆਂ, ਦੇਵਰਾਜ ਦਾ ਜਿਹੜਾ ਬਛੇਰਾ ਬਾਈ ਸਟਾਲੀਅਨ ਤਿਆਰ ਕਰ ਰਿਹਾ ਉਹ ਵੀ ਦਿਖਾਵਾਂਗੇ। ਤੇ ਬਾਈ ਇੱਕ ਇਹਦੇ ਬਾਰੇ ਵੀ ਦੱਸ ਦਿਓ ਜੀ, ਇਹਦੀ ਕਿਆ ਡਿਟੇਲ ਆ ਜੋਨੀ ਵੀਰੇ, ਇਹਦੇ ਬਾਰੇ ਵੀ ਦੱਸ ਦਿਓ। ਇਹ ਘੋੜੀ ਜੀ ਸਹਿਜੜੇ ਘੋੜਾ ਜੀ ਇੱਕ। ਹਾਂਜੀ, ਉਹ ਸੂਰੇ ਵਾਲੀ ਲਾਈਨ ਦਾ ਨੁਕਰਾ ਘੋੜਾ ਜੀ। ਇਹ ਉਸ ਘੋੜੇ ਦੀ ਬੱਚੀ ਹੈ ਜੀ ਤੇ ਇਹਨੇ ਪਿੱਛੇ ਜੇ ਨੁਕਰੀ ਬਛੇਰੀ ਦਿੱਤੀ ਸੀਗੀ ਜੀ। ਤੇ ਉਮਰ ਲਗਭਗ 5.5 ਸਾਲ ਹੈ ਜੀ ਇਹਦੀ। ਠੀਕ ਹੈ। ਹਾਂਜੀ, ਕਾਫੀ ਵੱਡੀ ਹਾਈਟ ਦੀ ਘੋੜੀ ਹੈ ਜੀ ਤੇ ਬਹੁਤ ਹੀ ਸ਼ੌਕੀਨ ਕੰਨਾਂ ਦੀ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕੰਨ ਬਹੁਤ ਜ਼ਿਆਦਾ ਸ਼ੌਕੀਨ ਨੇ। ਤੇ ਬਾਈ ਜਿਹੜੀ ਬੱਚੀ ਦਿੱਤੀ ਹੈ ਇਹਨੇ ਨੁਕਰੀ, ਹਾਂਜੀ, ਕਿਹੜੇ ਘੋੜੇ ਦੀ ਸੀਗੀ ਉਹ? ਉਹ ਨੂਰੇ ਘੋੜੇ ਤੋਂ ਬੱਚੀ ਦਿੱਤੀ ਸੀ ਇਹਨਾਂ ਨੇ। ਠੀਕ ਹੈ ਜੀ, ਠੀਕ ਹੈ।
ਤੇ ਹੁਣ ਬਾਈ ਇਸ ਸਮੇਂ ਪ੍ਰੈਗਨੈਂਟ ਹੈਗੀ ਹੈ ਜਾਂ ਨਹੀਂ? ਨਹੀਂ, ਇਹ ਵੀ ਘੋੜੀ ਖਾਲੀ ਹੈ ਜੀ, ਹੁਣ ਮੇਟ ਕਰਵਾਵਾਂਗੇ ਜੀ ਇਹਨੂੰ ਵੀ। ਠੀਕ ਹੈ, ਠੀਕ ਹੈ ਬਾਈ। ਹਾਂਜੀ, ਤੇ ਪ੍ਰੋਫੈਸਰ ਸਾਹਿਬ ਇੱਕ ਗੱਲ ਹੋਰ ਹੈ, ਇਹ ਤਾਂ ਹੋ ਗਈਆਂ ਘੋੜੀਆਂ ਬਿਲਕੁਲ, ਹੈਨਾ। ਹਾਂਜੀ, ਤੇ ਤੁਸੀਂ ਇੱਕ ਜਿਹੜੇ ਨਵੇਂ ਬੰਦੇ ਨੇ, ਹਾਂਜੀ, ਉਹਨਾਂ ਨੂੰ ਘੋੜੀਆਂ ਦੀ ਰੱਖ ਰਖਾਵ ਬਾਰੇ ਕੋਈ ਸੁਝਾਅ, ਜਿਹੜੇ ਨਵੇਂ ਵੀਰ ਨੇ, ਹਾਂਜੀ, ਉਹਨਾਂ ਨੂੰ ਕੁਛ ਜ਼ਰੂਰ, ਕਿਉਂਕਿ ਆਪਣੀ ਵੀਡੀਓ ਆ, ਹੈਨਾ, ਕੋਈ ਨਾ ਕੋਈ ਕਿਸੇ ਨਾ ਕਿਸੇ ਵੀਰ ਨੂੰ ਫਾਇਦਾ ਹੋਵੇ, ਸੁਝਾਅ ਜ਼ਰੂਰ ਦਿਓ ਵੀ ਜਿਹੜੇ ਨਵੇਂ ਘੋੜਾ ਪਾਲਕ ਨੇ ਉਹਨਾਂ ਨੂੰ, ਜਿਵੇਂ ਮੰਨ ਲਓ ਵੀ ਅੱਜ ਆਪਾਂ ਇੱਕ ਤਾਂ ਇੱਕ ਦੋ ਗੱਲਾਂ ਕਰਾਂਗੇ ਅਗਲੀ ਵੀਡੀਓ 'ਚ, ਹਾਂਜੀ, ਅੱਜ ਤੁਸੀਂ ਦੱਸ ਦਿਓ ਵੀ ਜਿਹੜੇ ਨਵੇਂ ਬੰਦੇ ਆ, ਹਾਂਜੀ, ਉਹਨਾਂ ਨੇ ਜੇ ਖਰੀਦਣੀ ਆ ਘੋੜੀ ਤਾਂ ਉਹਨਾਂ ਨੂੰ ਘੋੜੀ ਜਾਂ ਬੱਚੀ ਕਿਹੜੀ ਚੀਜ਼ ਲੈਣੀ ਚਾਹੀਦੀ? ਦੇਖੋ ਜੀ, ਨਵੇਂ ਘੋੜਾ ਪਾਲਕ ਵੀਰਾਂ ਲਈ ਤਾਂ ਮੇਰੀ ਇਹੀ ਸਲਾਹ ਹੈ ਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸ਼ਾਂਤ ਸੁਭਾਅ ਦੀ, ਸਵਾਰੀ ਯੋਗ ਗੱਭਣ ਘੋੜੀ ਖਰੀਦਣੀ ਚਾਹੀਦੀ ਹੈ ਜੀ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਬੱਚਾ ਦਿੱਤਾ ਹੋਵੇ, ਮਤਲਬ ਬੱਚੇ ਦੇਣ ਵਾਲੀ ਘੋੜੀ ਖਰੀਦਣੀ ਚਾਹੀਦੀ ਹੈ ਸ਼ਾਂਤ ਸੁਭਾਅ ਦੀ, ਜਿਹਨਾਂ ਤੋਂ ਮਤਲਬ ਜਿਸ ਘੋੜੀ ਤੋਂ ਉਹਨਾਂ ਦਾ ਸ਼ੌਂਕ ਹੈ ਜਿਹੜਾ ਉਹ ਅੱਗੇ ਵਧੇ। ਕਈ ਵਾਰੀ ਸਾਡੇ ਨਵੇਂ ਘੋੜਾ ਪਾਲਕ ਬੱਚਾ ਲੈ ਲੈਂਦੇ ਆ ਤੇ ਉਹ 3-4 ਸਾਲ ਲੱਗ ਜਾਂਦੇ ਆ ਜੀ ਉਹਨੂੰ ਕੰਪਲੀਟ ਹੋਣ ਨੂੰ, ਤੇ ਉਹਨੂੰ ਜਦ ਨੂੰ ਉਹ ਘੋੜਾ ਮਤਲਬ ਘੋੜਾ ਆਸਟ੍ਰੇਲੀਅਨ ਜਾਂ ਘੋੜੀ ਮੇਅਰ ਬਣਦੀ ਹੈ ਉਦੋਂ ਨੂੰ ਉਹਨਾਂ ਦਾ ਸ਼ੌਂਕ ਹੈ ਜਿਹੜਾ ਉਹ ਖਤਮ ਹੋਣ ਕਿਨਾਰੇ ਪਹੁੰਚ ਜਾਂਦਾ ਜੀ। ਠੀਕ ਹੈ ਜੀ, ਹਾਂਜੀ, ਤੇ ਇੱਕ ਇਹ ਤਾਂ ਹੋ ਗਈ ਬਾਈ ਜੀ ਗੱਲ ਐਵੇਂ ਆ ਵੀ ਜਿਹੜੀ ਨਵੇਂ ਬੰਦੇ ਨੇ ਲੈਣੀ ਆ, ਬਹੁਤ ਵਧੀਆ ਤੁਹਾਡੀ ਗੱਲ ਲੱਗੀ। ਹਾਂਜੀ, ਵੀ ਤੇ ਬਾਕੀ ਇੱਕ ਖੁਰਾਕ ਬਾਰੇ ਜ਼ਰੂਰ ਦੱਸ ਦਿਓ ਵੀ ਘੋੜੇ ਨੂੰ ਖੁਰਾਕ ਜਿਹੜਾ ਨਵਾਂ ਬੰਦਾ ਉਹਨੂੰ ਕਿਵੇਂ ਵੀ ਕਿਹੜੇ ਹਿਸਾਬ ਨਾਲ ਪਾਉਣੀ ਚਾਹੀਦੀ ਆ? ਦੇਖੋ ਜੀ, ਖੁਰਾਕ ਬਾਰੇ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਮਿੱਥ ਹੈ। ਇੱਕ ਮਿੰਟ ਮੈਂ ਤੁਹਾਡੀ ਗੱਲ ਰੋਕੂਗਾ, ਆਪਾਂ ਜਿਹੜੀ ਨੋਰਮਲ ਖੁਰਾਕ ਆ ਜੋਨੀ ਵੀਰੇ ਉਹ ਦੱਸਣੀ ਆ ਵੀ ਕਿੰਨੀ ਖੁਰਾਕ ਦੇ ਵਿੱਚ ਘੋੜਾ ਬੰਦਾ ਪਾਲ ਸਕਦਾ ਹੈ, ਕਿਉਂਕਿ ਨਵੇਂ ਬੰਦਿਆਂ ਨੂੰ ਬਹੁਤ ਹਊਆ ਵੀ ਘੋੜਾ ਖੁਰਾਕ ਬਹੁਤ ਜ਼ਿਆਦਾ ਖਾਂਦਾ ਹੈ, ਹੈਨਾ, ਉਹ ਲੈਵਲ ਦੀ ਖੁਰਾਕ ਦੱਸ ਦਿਓ ਤੁਸੀਂ। ਮੈਂ ਤੁਹਾਨੂੰ ਦੱਸਦਾ ਵੀਰ ਜੀ, ਮੈਂ ਇਹਨਾਂ ਘੋੜਿਆਂ ਨੂੰ, ਹਾਂਜੀ, 1-1 ਕਿਲੋ ਦਾਣਾ ਪਾਉਣਾ। ਠੀਕ ਹੈ ਜੀ, ਤੇ ਇਹਨਾਂ ਦਾ ਮਤਲਬ ਸਰੀਰਕ ਬੋਡੀ ਸਕੋਰ ਪੂਰੀਆਂ ਤਕੜੀਆਂ ਇਹ ਘੋੜੀਆਂ ਜੀ। ਆਹ ਘੋੜੀ ਜਿਸ ਦਿਨ ਮੇਰੇ ਕੋਲ ਆਈ ਹੈ, ਬੜੇ ਤੁਸੀਂ ਤਾਂ ਦੇਖੀ ਹੋਏ ਮੰਦੇ ਹਾਲਾਤਾਂ 'ਚ ਸੀਗੇ, ਪਿੰਜਰ ਸੀਗਾ। ਹਾਂਜੀ, ਤੇ ਘੋੜੀ ਨੇ ਜੋ ਗੇਨ ਕੀਤਾ, ਜੋ ਚਮਕ ਦਮਕ, ਮਤਲਬ ਅਜੇ ਸਾਡੀ ਥੋੜ੍ਹੀ ਜਿਹੀ ਉੱਧਰ ਕੰਮ ਫਾਰਮ ਦਾ ਚੱਲਣ ਕਰਕੇ ਹੱਥ ਫੇਰੀ ਦੀ ਕਮੀ ਹੈ, ਕੁਛ ਮੌਸਮ ਇੱਦਾਂ ਦਾ ਮੀਂਹ ਕਣੀਆਂ ਕਰਕੇ ਖਰਾਬ ਹੈ, ਸਾਰੇ ਪੈਡਕ ਗਿੱਲੇ ਹੋਏ ਪਏ ਆ ਜੀ। ਤੇ ਇਸ ਗੱਲ ਕਰਕੇ ਮੈਂ ਦੱਸਣਾ ਚਾਹੁੰਦਾ ਵਿਊਰਸ ਨੂੰ, ਘੋੜੇ ਦਾ ਸਹੀ ਮੈਂਟੇਨੈਂਸ ਹੈ ਜਿਹੜਾ, ਘੋੜਾ ਰਫੇਸ ਜਿਹਨੂੰ ਆਪਾਂ ਸੁੱਕਾ ਚਾਰਾ ਕਹਿ ਦਿੰਦੇ ਹਾਂ ਜਾਂ ਹੇ ਕਹਿ ਦਿੰਦੇ ਹਾਂ, ਘੋੜੇ ਨੂੰ ਮੇਨ ਉਹਦੀ ਜ਼ਰੂਰਤ ਹੈ। ਮੈਂ ਵੀਰ ਜੀ, ਇੱਕ ਟਾਈਮ ਇਹਨਾਂ ਨੂੰ ਮੂੰਗਫਲੀ ਦਾ ਭੋਗ, ਇੱਕ ਟਾਈਮ ਜਿਹੜੇ ਹਰੇ ਚਾਰੇ ਘੋੜਾ ਈਜ਼ੀਲੀ ਖਪਾ ਸਕਦਾ ਉਹ ਹਰੇ ਚਾਰੇ, ਤੇ ਇੱਕ ਟਾਈਮ ਦਾਣਾ ਜੀ। ਦਾਣਾ ਵੀ ਕੋਈ ਬਹੁਤ ਹੈ ਨਹੀਂ, 10 ਕਿਲੋ 5 ਕਿਲੋ, ਓਨਲੀ 1 ਕਿਲੋ ਦਾਣਾ ਉਬਾਲ ਕੇ ਪਾਇਆ ਜਾਂਦਾ ਜੀ। ਪੂਰੀ ਅਮਾਊਂਟ ਕਿੰਨੀ ਹੋ ਜਾਂਦੀ ਹੈ ਜਿਹੜਾ ਦਾਣਾ ਆਪਾਂ ਪਾਉਂਦੇ ਆ? ਦਾਣਾ 1 ਕਿਲੋ ਨੂੰ ਉਬਲਣ ਤੋਂ ਬਾਅਦ ਜੀ ਉਹ ਕਾਫੀ ਮਤਲਬ ਵੇਟ ਗੇਨ ਕਰ ਲੈਂਦਾ ਪਾਣੀ ਪੂਣੀ ਦਾ, ਲਗਭਗ ਉਹ 2.5-3 ਕਿਲੋ ਹੋ ਜਾਂਦਾ, ਬਾਕੀ ਇਹ ਸਮਾਨ ਵੀ ਐਡ ਕਰਦੇ ਆ ਉਹਦੇ ਚ ਜਿਹੜਾ ਮੈਂ। ਹਾਂ, ਇਹ ਤਾਂ ਉਹਦੀ ਗੱਲ ਸਹੀ ਆ, ਟੋਟਲ ਖਰਚਾ ਜਿਹੜਾ ਇੱਕ ਦਿਨ ਦਾ ਜੇ ਆਪਾਂ ਨੋਰਮਲ ਖੁਰਾਕ ਦਿੰਦੇ ਆ ਘੋੜੇ ਨੂੰ, ਉਹ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਉਹ ਕਿੰਨਾ ਖਰਚਾ ਜੇ ਆਪਾਂ ਐਵੇਂ ਨਹੀਂ ਵੀ ਬਹੁਤ ਜ਼ਿਆਦਾ ਦਿੰਦੇ ਆ ਜਾਂ ਬਹੁਤ ਥੋੜੀ, ਐਵਰੇਜ ਜਿਹੜੀ ਤੁਸੀਂ ਇਹ ਘੋੜੀਆਂ ਨੂੰ ਪਾ ਰਹੇ ਆ, ਜਿਹੜੀਆਂ ਇਹ ਘੋੜੀਆਂ ਦੀ ਹੁਣ ਖੁਰਾਕ ਆ, ਉਹ ਕਿੰਨਾ ਇੱਕ ਦਿਨ ਦਾ ਖਰਚਾ ਕਿੰਨਾ? ਲਗਭਗ ਐਵਰੇਜ ਹੈ ਜੀ ਵੀ ਇਹਨਾਂ ਦਾ 150 ਰੁਪਏ ਐਵਰੇਜ ਖਰਚਾ ਹੋਊਗਾ ਜੀ ਪਰ ਡੇ ਦਾ। ਠੀਕ ਹੈ ਜੀ, ਹਾਂਜੀ, ਬਾਕੀ ਆਪਣੇ ਹੱਥ ਹੈ। ਠੀਕ ਹੈ ਜੀ, ਜਿੰਨਾ ਬੰਦਾ ਮਰਜ਼ੀ ਖਲਾ ਲਵੇ ਘੋੜਾ ਤਾਂ ਮਤਲਬ ਕਿੰਨਾ ਵੀ ਖਾ ਸਕਦਾ, ਪਰ ਅਸੀਂ ਉਹਨੂੰ ਲਗਾਤਾਰਤਾ ਨਾਲ ਖਲਾਓ, ਐ ਨਹੀਂ ਵੀ ਇੱਕ ਦਿਨ ਅਸੀਂ ਰਜਾ ਤੇ ਦੂਜੇ ਦਿਨ ਅਸੀਂ ਭੁੱਖੇ ਮਾਰਤੇ। ਠੀਕ ਹੈ ਜੀ, ਘੋੜਾ ਡਿਸਿਪਲਿਨਡ ਵੇ ਨਾਲ ਰੱਖੋ, ਉਹਦੀ ਪ੍ਰੋਪਰ ਟਾਈਮ ਨਾਲ ਖੁਰਾਕ, 24 ਘੰਟੇ ਪਾਣੀ ਦੀ ਉਪਲਬਧਤਾ, ਸਭ ਨਾਲੋਂ ਸਸਤੀ ਖੁਰਾਕ ਇਹ ਪਾਣੀ ਹੈ ਜੀ, ਜਿੰਨਾ ਘੋੜਾ ਤੁਹਾਡਾ ਪਾਣੀ ਪੀਊਗਾ ਉਨਾ ਹੀ ਘੋੜਾ ਤੁਹਾਡਾ ਬਣੂਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਬਾਈ ਜੀ। ਬਿਲਕੁਲ ਜੀ ਦੋਸਤੋ, ਇਹ ਸੀਗਾ ਅੱਜ ਪਹਿਲਾ ਪਾਠ, ਤੇ ਦੂਜਾ ਪਾਠ ਬਣਾਵਾਂਗੇ ਬਹੁਤ ਜਲਦੀ, ਬਾਈ ਦਾ ਉੱਧਰ ਫਾਰਮ ਦਾ ਕੰਮ ਚੱਲ ਰਿਹਾ, ਤੇ ਦੇਵਰਾਜ ਦਾ ਤੁਹਾਨੂੰ ਆਸਟ੍ਰੇਲੀਅਨ ਜਿਹੜਾ ਘੋੜਾ ਪਾਲ ਰਹੇ ਨੇ ਉਹ ਵੀ ਦਿਖਾਵਾਂਗੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਧੰਨਵਾਦ ਦੋਸਤੋ।